ਮੈਂ ਇੰਨੇ ਚਾਵਾਂ ਨਾਲ ਬਿਰਿਆਨੀ ਬਣਾਈ ਸੀ, ਮੇਰਾ ਦਮ ਪੁੜਨਾ ਸੀ, ਪਰ ਹੁਣ ਸਭ ਵੜ ਗਿਆ। ਅੱਜ ਨਹੀਂ, ਅੱਜ ਮੈਂ ਇਸੇ ਪੂਲ ਦੇ ਅੰਦਰ ਡੁੱਬਣਾ ਯਾਰ। ਜੋ ਅੱਜ ਹੋ ਗਿਆ ਨਾ, ਇਹ ਚੰਗੀ ਗੱਲ ਨਹੀਂ ਹੋਈ, ਤੇ ਅੰਦਰ ਛਾਲ ਮਾਰ ਕੇ ਮਰ ਜਾਣਾ। ਅਸਲਾਮੁਅਲੈਕਮ, ਕੈਸੇ ਆਪ ਸਭ, ਬਿਹਤਰੀਨ। ਮੈਨੂੰ ਪਤਾ ਹੈ ਮੇਰੇ ਸਾਰੇ ਚਾਹਨੇ ਵਾਲੇ ਔਰ ਮੇਰੇ ਸਾਰੇ ਵੀਅਰਸ ਬਿਹਤਰੀਨ ਹੋਣਗੇ, ਫਸਟ ਕਲਾਸ ਦੀ ਜ਼ਿੰਦਗੀ ਗੁਜ਼ਾਰ ਰਹੇ ਹੋਗੇ। ਅਭੀ ਸੁਬਹ ਹੋ ਗਈ ਹੈ ਬਈ, ਔਰ ਅਭੀ ਚਾਹ ਕੇ ਸਾਥ ਨਾਸ਼ਤਾ ਚੱਲ ਰਿਹਾ, ਔਰ ਬਾਤ ਕੁਛ ਇਸ ਤਰ੍ਹਾਂ ਹੈ ਕਿ ਮੈਂ ਇੱਧਰ ਆ ਕੇ ਧੂਮ ਮੇਂ ਬੈਠਾ ਤਾਂ, ਲੇਕਿਨ ਕਿਸਮਤ ਕੁਛ ਇਸ ਤਰ੍ਹਾਂ ਕੀ ਹੈ ਕਿ ਬਈ ਜੇ ਧੂਪ ਹੀ ਚਲੇ ਗਈ, ਤੋ ਅੱਜ ਥੋੜ੍ਹਾ ਫਰੀ ਹੂੰ। ਤੋ ਜਿਸ ਦਿਨ ਮੈਂ ਫਰੀ ਹੋਤਾ ਹੂੰ, ਮੈਂ ਸਭਸੇ ਪਹਿਲੇ ਇਹ ਕਾਮ ਲਾਜ਼ਮੀ ਕਰਤਾ ਹੂੰ ਬਈ, ਕਿਚਨ ਮੇਂ ਜਾਤਾ ਹੂੰ, ਕਿਚਨ ਸਮੇਟਤਾ ਹੂੰ, ਔਰ ਉਸਕੇ ਬਾਅਦ ਨਾ ਅੱਛਾ ਸਾ ਖਾਣਾ ਬਣਾਤਾ ਹੂੰ। ਅਭੀ ਇੱਧਰ ਬਾਹਰ ਬੈਠਾ ਹੁਆ ਤਾਂ, ਤੋ ਹਮਾਰੀ ਗਲੀ ਮੇਂ ਨਾ ਕੰਸਟਰਕਸ਼ਨ ਚੱਲ ਰਹੀ ਹੈ ਦੋ ਘਰੋਂ ਕੀ, ਤੋ ਮੈਂ ਆਪਕੋ ਥੋੜ੍ਹਾ ਸਾ ਉਸਕਾ ਵਿਊ ਲਾਜ਼ਮੀ ਦਿਖਾਊਂਗਾ ਕਿ ਯਹਾਂ ਪਰ ਕੰਸਟਰਕਸ਼ਨ ਕੇ ਬਾਅਦ ਨਾ ਗਲੀ ਗੰਦੀ ਹੋਤੀ ਹੈ, ਕੈਸੀ ਹੋਤੀ ਹੈ, ਕੈਸੀ ਨਹੀਂ ਹੋਤੀ। ਯਹਾਂ ਪਰ ਤੋ ਬਈ ਸਿਸਟਮ ਹੀ ਡਿਫਰੈਂਟ ਹੈ, ਕਿਉਂਕਿ ਜੈਸਾ ਕਿ ਆਪਕੋ ਪਤਾ ਹੈ ਮੈਂ ਸਿਡਨੀ ਸੇ ਬਾਤ ਕਰ ਰਹਾ ਹੂੰ, ਤੋ ਯਹਾਂ ਪਰ ਤੋ ਰੂਲ ਰੈਗੂਲੇਸ਼ਨ ਹੀ ਡਿਫਰੈਂਟ ਹੈ ਮੇਰੀ ਕੰਟਰੀ ਸੇ। ਮੇਰੀ ਅਗਰ ਮੇਰੇ ਮੁਲਕ ਮੇਂ ਯਹੀ ਕੰਸਟਰਕਸ਼ਨ ਘਰੋਂ ਕੀ ਚੱਲ ਰਹੀ ਹੋਤੀ, ਪੂਰੀ ਗਲੀ ਮੇਂ ਗੰਦ ਫੈਲਾਇਆ ਹੋਤਾ, ਠੀਕ ਹੈ। ਜੋ ਘਰ ਕੀ ਯਾਨੀ ਜੋ ਘਰ ਸੇ ਕੰਕਰੀਟ ਵਗੈਰਾ ਨਿਕਲਦੀ ਹੈ, ਵੋ ਹੋ ਗਈ, ਇੰਟੇ ਹੋ ਗਈ, ਯੇ ਵੋ, ਰੋਡ ਕੇ ਉੱਪਰ ਰੱਖਤੇ, ਜਾਂ ਘਰ ਮੇਂ ਜੋ ਵੀ ਟੂਟ ਵਗੈਰਾ ਚੱਲ ਰਹੀ ਹੈ, ਜੈਸੇ ਟੂਟ ਫੂਟ ਕਾ ਸਮਾਨ ਹੋਤਾ ਹੈ, ਜੈਸੇ ਕੋਈ ਮੁਰੰਮਤ ਚੱਲ ਰਹੀ ਹੋਤੀ ਹੈ ਨਾ, ਜੋ ਘਰ ਸੇ ਕਚਰਾ ਨਿਕਲੇਗਾ ਬਾਹਰ ਗਲੀ ਮੇਂ, ਜਾਂ ਸਾਥ ਵਾਲਾ ਖਾਲੀ ਪਲਾਟ ਹੁਆ ਉਧਰ ਫੈਂਕ ਦੇਤੇ। ਲੇਕਿਨ ਯਹਾਂ ਪਰ ਟੋਟਲੀ ਡਿਫਰੈਂਟ ਹੈ, ਮੈਂ ਆਪਕੋ ਦਿਖਾਤਾ ਹੂੰ ਯਹਾਂ ਪਰ ਕਿਆ ਹੋਤਾ ਹੈ। ਯੇ ਆਪ ਦੇਖ ਲੇ ਕਿ ਯੇ ਘਰ ਬਣਾ ਹੈ, ਅਬ ਯੇ ਸੁਬਹ ਕਾਮ ਕਰਕੇ ਗਏ ਹੈ, ਅਭੀ ਦੁਪਹਿਰ 2 ਵਜੇ ਕਾ ਟਾਈਮ ਹੋ ਰਿਹਾ ਹੈ, ਤੋ ਇਸਕੇ ਬਾਅਦ ਪੂਰੀ ਗਲੀ ਕਲੀਨ ਕਰਕੇ ਗਏ। ਯੇ ਨਹੀਂ ਗਲੀ ਮੇਂ ਜਿਤਨੀ ਮਿੱਟੀ ਵਗੈਰਾ ਕੰਕਰੀਟ ਥੀ ਵੋ ਉਠਾਈ ਹੈ, ਉਠਾ ਕਰ ਉਹਨਾਂ ਨੇ ਫੈਂਕੀ ਹੈ ਬਿੰਦ ਮੇਂ, ਔਰ ਉਸਕੇ ਬਾਅਦ ਕਾਮ ਛੋੜ ਕੇ ਗਏ। ਯੇ ਨਹੀਂ ਹੈ ਕਿ ਬਈ ਸਾਹਿਬ ਉਧਰੀ ਗਲੀ ਮੇਂ ਫੈਂਕ ਦੇ, ਯੇ ਦੇਖ ਲੇ ਆਪ, ਪੂਰੀ ਗਲੀ ਆਪਨੇ ਸਾਫ ਕਰਨੀ ਹੈ, ਠੀਕ ਹੈ। ਯੇ ਨਹੀਂ ਹੋ ਸਕਤਾ ਕਿ ਆਪ ਹਰ ਚੀਜ਼ ਬਲੋਕ ਕਰ ਦੋ, ਗਲੀ ਮੇਂ ਹਰ ਚੀਜ਼ ਫੈਂਕ ਦੋ, ਔਰ ਦੂਸਰਾ ਯੇ ਵਾਲਾ ਕਾਮ ਹੋ ਰਿਹਾ ਹੈ, ਮੇਂ ਪੇਂਟ ਕਾ ਕਾਮ ਹੋ ਰਿਹਾ ਹੈ, ਔਰ ਛੋਟੀ ਮੋਟੀ ਮੁਰੰਮਤ ਚੱਲ ਰਹੀ ਹੈ, ਤੋ ਯੇ ਦੇਖ ਲੇ ਜਿਤਨਾ ਕਚਰਾ ਨਿਕਲ ਰਿਹਾ ਹੈ, ਉਹ ਇੱਕ ਬਿਨ ਮੰਗਵਾਤੇ ਹੈ, ਉਸ ਬਿਨ ਕੇ ਅੰਦਰ ਯੇ ਦੇਖ ਲੇ, ਲੋਹੇ ਕਾ ਬਹੁਤ ਬੜਾ ਬਿਨ ਹੋਤਾ, ਉਸੀ ਕੇ ਅੰਦਰ ਡਾਲਦੇ ਆਤੇ ਹੈ, ਔਰ ਵੋ ਬਿਨ ਫਿਰ ਨਾ ਕੰਪਨੀ ਆ ਕੇ ਲੈ ਜਾਤੀ ਹੈ, ਠੀਕ ਹੈ। ਹਮਾਰੀ ਤਰ੍ਹਾਂ ਨਹੀਂ ਹੋਤਾ, ਅਗਰ ਹਮਾਰੇ ਘਰ ਸੇ ਨਿਕਲ ਰਿਹਾ ਹੋਤਾ, ਤੋ ਯੇ ਦੇਖੇ ਜਹਾਂ ਗਾੜੀਆਂ ਖੜੀ ਹੈ, ਗਲੀ ਪੂਰੀ ਭਰ ਦਿੱਤੇ, ਦੋਨੋਂ ਘਰੋਂ ਮੇਂ ਐਸਾ ਨਹੀਂ ਹੋ ਰਿਹਾ। ਚਲੇ ਜੀ, ਯੇ ਤੋ ਥੋੜ੍ਹੀ ਬਾਤ ਹੋ ਗਈ, ਯਹਾਂ ਪਰ ਕੈਸੇ ਕੰਸਟਰਕਸ਼ਨ ਕਾ ਕਾਮ ਚੱਲਤਾ ਹੈ ਉਸਕੇ ਬਾਰੇ ਮੇਂ, ਅਭੀ ਥੋੜ੍ਹਾ ਘਰ ਮੇਂ ਜਾਏਂਗੇ, ਅੰਦਰ ਚਲਤੇ, ਅੰਦਰ ਚੱਲ ਕੇ ਨਾ ਜਾ ਕਰਨਾ, ਮੈਂ ਥੋੜ੍ਹਾ ਕਿਚਨ ਕੋ ਸਮੇਟਤਾ ਹੂੰ, ਔਰ ਥੋੜ੍ਹੀ ਕੁਕਿੰਗ ਵਗੈਰਾ ਕਰਤੇ ਹੈ। ਹਾਂਜੀ, ਆਪ ਲੋਕੋਂ ਕੋ ਲਗਤਾ ਹੋਗਾ ਮੈਂ ਮਜ਼ਾਕ ਕਰ ਰਹਾ ਹੂੰ, ਲੇਕਿਨ ਮਜ਼ਾਕ ਵਾਲੀ ਬਾਤ ਨਹੀਂ ਹੈ। ਜੈਸਾ ਕਿ ਆਪਕੋ ਪਤਾ ਹੈ ਅਭੀ ਕਿਚਨ ਮੇਂ ਬਰਤਨ ਥੋੜ੍ਹੇ ਵਾਸ਼ ਕਰੇਂਗੇ, ਕਿਚਨ ਸਮੇਟੇਂਗੇ, ਇਸਕੇ ਬਾਅਦ ਮੈਂ ਸੋਚ ਰਿਹਾ ਹੂੰ ਚਿਕਨ ਕੋਰਮਾ ਬਣਾ, ਲੇਕਿਨ ਨਹੀਂ, ਅਭੀ ਪਲੈਨ ਮੇਂ ਥੋੜ੍ਹੀ ਚੇਂਜਸ ਕਰ ਦੀ ਹੈ, ਅਭੀ ਆਪ ਲੋਕੋਂ ਕੇ ਸਾਥ ਬਿਰਿਆਨੀ ਬਣਾਏਂਗੇ। ਚਲੋ ਅੱਜ ਥੋੜ੍ਹੀ ਠੰਡ ਵੀ ਹੈ, ਬਿਰਿਆਨੀ ਖਾਤੇ ਹੈ ਯਾਰ ਬਣਾ ਕੇ, ਠੀਕ ਹੈ, ਔਰ ਆਪ ਲੋਕੋਂ ਕੋ ਸ਼ੇਅਰ ਵੀ ਕਰਤਾ ਹੂੰ, ਔਰ ਥੋੜ੍ਹਾ ਆਪ ਲੋਕੋਂ ਕੋ ਬਤਾਤਾ ਹੂੰ ਬਈ, ਆਪਕਾ ਭਾਈ ਨਾ ਕੁਕਿੰਗ ਕਾ ਵੀ ਐਕਸਪਰਟ ਹੈ, ਸਹੀ ਹੈ, ਥੋੜ੍ਹਾ ਬਹੁਤ ਕੰਮ ਕਰ ਲੇਤਾ ਹੂੰ। ਕਿਚਨ ਸਮੇਟ ਲਈ ਹੈ, ਪਿਆਜ਼ ਕੱਟ ਲਈ ਹੈ, ਅਭੀ ਬਾਕੀ ਚੀਜ਼ਾਂ ਵੀ ਤਿਆਰ ਕਰਦੇ ਹੈ। ਅਭੀ ਮੈਂ ਕੈਮਰਾ ਹੋਲਡ ਨਹੀਂ ਕਰ ਸਕਦਾ ਕਿਉਂਕਿ
बीच बीच में आपको स्टेप दिखाऊंगा कैसे कुकिंग कर रहा हूँ, लेकिन क्योंकि कैमरा अभी मेरा फर्स्ट एक्सपीरियंस है तो मैं कैमरा पकड़ के नहीं कर सकता ना कि वीडियो बनाऊँ और साथ में कुकिंग करूँ। ये एक तरफ बिरयानी का मसाला तैयार हो रहा है और दूसरी तरफ मैंने ये चावल बॉयल होने के लिए रख दिया है। भाई जब बॉयल हो जाएंगे तब तक ये भी तैयार हो जाएगा, उसके बाद लेयर लगाएंगे। मैं बड़ा देसी से तरीके से बनाता हूँ, वो नहीं कि कुकर वगैरह यूज़ करता हूँ कि उसके लिए कि राइस वगैरह, मैं कुकर वगैरह यूज़ नहीं करता राइस वगैरह बॉयल करने के लिए, इसी तरह पतीले में ही करूँगा। ठीक है, देख लें बन रही है, जब बन जाएगी तो फिर आपको बताता हूँ। अभी चावल बॉयल हो गए हैं तो अभी बिरयानी का मसाला भी बन गया है तो अभी लेयर लगाएंगे और फिर मैं आपको दिखाता हूँ। बिरयानी का मसाला बन गया है, अभी इस पतीले में ही लेयर लगाएंगे बिरयानी की, उसके बाद फिर आपको दिखाता हूँ। ये देख लें लेयर लगा रहा हूँ, तो लेयर लग रही है अभी भाई, अभी लेयर वगैरह लग गई है तो अभी दम पे लगाऊंगा और गार्निश इसकी बाद में करेंगे। मैं इन्ने चावल बिरयानी बनाई थी, मेरा दम पुड़ना थी पर हूं सब बढ़ गया, हूं बस खत्म हो गया, मैं रहना ही नहीं, मैं डुब मरना। जो कुछ हो गया ना आज नहीं, आज मैं इसे पूल के अंदर डुब मरना। यार जो आज हो गया ना ये चंगी गल नहीं हुई। तो यार किधर गया ओके में खुलना, आज नहीं, आज मैं अपने गंदे पूल के अंदर छाल मार के मर जाना। ये यार तुम्हें पता होया की आ, पाकिस्तान ने स्विमर भेजा थी मनूस, 26वें नंबर पर आ गया। और यार थोड़ी हया कर लेनी थी, वो किसी नहर च नहाने वाले बंदे नूं भेज देना सी, ठंड बड़ी आ वरना मैं अज इस डुब मरना ही, किन्नी इन्हें साड़ी बिस्ती करवा छड़ी, साड़ा गंदा जिहड़ा पूल आ बारिश दे पानी गंदा होया, तो मैं इस छाल मार देनी सी, पर इन्हें साड़ी बहुत बिस्ती कराई आ। सीरियस गल, मैं तो हुण न्यूज़ सुनी अज होया कि साड़े नाल कि असीं 30वें नंबर पर 26वें नंबर पर। और यार ये तो चंगा सी कोई नहर च नहाने वाले बंदे नूं भेज दिंदे, शायद वह भी 2-4 नंबर उपर ले आंदा, इन्ने पैसे जाया करने की कि जरूरत सी। सारी मेरी बिरयानी वाड़ के रखती, सारा मेरा प्रोग्राम वाड़ता इन्होंने। चलो छोड़ो उन्हें बेशर्मा बेशर्मा तो बेशर्म नहीं आनी कि इन्होंने भेजा वो जहाँ स्विमर। चलो असी तो हूँ जाके अपनी बिरयानी खाई, हूँ इन्ने पैसे लाए आ, दिल नहीं कर रहा मेरा, दिल करता मैं इस टूबी मार लवा, टूबी मार लवा कि 2-4 मेरे यार आ ना उन्होंने भी इन्हें ये डुबा। सही है यार, कोई बंद हुंदा हया कि भेज छड़िया। चलो छोड़ो साडा की है, इन्ना बेशर्मा नूं शर्म नहीं आनी, शर्मा नूं तो शर्म नहीं आनी, लेकिन मैं तो यार अपनी बिरयानी दिखाना कैसी बेहतरीन बनी है, आपां तां खाईए वरना मेरा तो अज इदा मीटर शॉर्ट होया ना। ओहो हुण इहनूं गार्निश करांगे तो उस तों बाद पर इन्ना बेशर्मा ने बेशर्मी इंतहा कर दी है।
ਚੱਲ ਚੌਧਰੀ ਗੁੱਸਾ ਛੱਡ ਦੇ, ਆ ਜਾ ਬਿਰਿਆਨੀ ਖਾ। ਯਾਰ ਚੌਧਰੀ ਗੱਲ ਹੀ ਇਹੀ ਹੋ ਗਈ, ਮੈਂ ਮਰਨ ਚੱਲਾ ਸੀ, ਤੁਸੀਂ ਸੁੱਤੇ ਰਹਿ ਗਏ ਹੋ, ਮੈਂ ਤਾਂ ਤੁਹਾਨੂੰ ਵੀ ਡੋਬ ਡੋਬ ਕੇ ਮਾਰਨਾ ਸੀ। ਯਾਰ ਛੱਡ ਦਾ ਯਾਰ ਗੁੱਸਾ, ਆ ਜਾ ਬਿਰਿਆਨੀ ਖਾ ਲਾ ਪਹਿਲੇ ਬਿਰਿਆਨੀ। ਓ ਬਿਰਿਆਨੀ ਨਾਲ ਲੜਾਈ ਨਹੀਂ, ਆ ਜਾ ਜੇ ਬਿਰਿਆਨੀ ਪੱਕੇ ਹੋ ਖਾਣੇ ਨੇ ਡਾਈ। ਯਾਰ ਤੁਹਾਨੂੰ ਗੱਲ ਦਾ ਪਤਾ, ਗੱਲ ਕੀ ਆ? ਗੱਲ ਕੀ ਹੈ? ਗੱਲ ਤੁਹਾਨੂੰ ਵਲੌਗ ਹੀ ਪਤਾ ਲੱਗਣੀ ਹੈ ਗੱਲ ਕੀ ਆ, ਫਿਰ ਤੁਸੀਂ ਕਹਿਣਾ ਅਸੀਂ ਵੀ ਟੁੱਪੀ ਮਾਰ ਦਈਏ। ਅੱਛਾ ਜੋ ਹੋ ਗਿਆ ਕੀ ਕਰ ਬੈਠਾ? ਉਹ ਬਸ ਗੱਲ ਇਹੀ ਹੋ ਗਈ ਆ, ਪਹਿਲੇ ਅਸੀਂ ਬਿਰਿਆਨੀ ਖਾਵਾਂਗੇ ਫਿਰ। ਆ ਜਾ ਆ ਜਾ ਨਾ। ਚਲੋ ਜੀ, ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਆ। ਸਾਰੇ ਜ਼ਿਆਦਾ ਜ਼ਿਆਦਾ ਸਬਸਕ੍ਰਾਈਬ ਕਰਿਓ। ਇੱਕ ਤਾਂ ਹੁੰਦਾ ਨਾ ਵਾਹ ਵਾਹ, ਉਹਦੀ ਅੰਨੇ ਵਾਹ ਸਬਸਕ੍ਰਾਈਬ ਕਰਨਾ, ਅੰਨੇ ਵਾਹ ਸ਼ੇਅਰ ਕਰਨਾ ਸਭ ਨੇ, ਤਾਂ ਤੁਹਾਨੂੰ ਸਾਰਿਆਂ ਦੇ ਵਲੌਗ ਪਤਾ ਲੱਗੇਗਾ। ਮੈਨੂੰ ਗੁੱਸਾ ਕਿਸ ਗੱਲ ਤੋਂ ਆਇਆ, ਮੈਂ ਲੰਬਾ ਵਲੌਗ ਕਰਨਾ ਸੀ ਅੱਜ, ਲੇਕਿਨ ਇੱਥੇ ਹੀ ਖਤਮ ਕਰਦੇ, ਬਸ ਜੋ ਹੋਣਾ ਸੀ ਹੋ ਗਿਆ। ਚਲੋ ਜੀ, ਮਿਲਾਂਗੇ ਨੈਕਸਟ ਵੀਡੀਓ, ਅੱਲਾ ਹਾਫਿਜ਼, ਬਾਏ ਬਾਏ।